विदेशां च फसे भारतीयां लई सब तों वड्डी मुश्किल अपने देश दी सरकार नाल राबता बनाउण चाहुंदी है। उस नूं इह समझ नहीं लगदा कि उह उस उत्ते हुंदे शोषण बारे अते विदेशां च पैदा होए खतरे बारे किस तरह अपनी आवाज बुलंद कर सके अते मदद प्राप्त कर सके। इस मुश्किल दे हल लई बीबी अमरजीत कौर रामूवालिया ने एक शलाघायोग उद्यम कीता है। बीबी ने एक अजिही एप्लीकेशन लॉन्च की है जिस राही विदेशां च फसिया भारतीय अपनी पहचान दस के मदद प्राप्त कर सकता है। उसकी दरखास्त सीधे भारतीय एम्बेसी को पहुंचेगी। इस दे नाल ही उसकी लोकेशन भी भारत नूं मिल सकेगी। एप्लीकेशन नूं कैबिनेट मंत्री नवजोत सिंह सिद्धू वालों चंडीगढ़ च लॉन्च किया गया। हेल्पिंग हेल्पलैस संस्था दे आगू अमरजीत कौर रामूवालिया हुण तक अनेक भारतीयों नूं सुरक्षित विदेशों तो वापस इंडिया लिया चुके ने जो कि विदेशों च बहुत परेशान सन। ਜਿਹੜੇ ਪੰਜਾਬੀ ਕਿਸੇ ਮਜਬੂਰੀ ਦੇ ਵਿੱਚ ਇਨ ਸਰਚ ਆਫ ਗ੍ਰੀਨਰ ਪਾਸਚਰਸ ਆਪਣਾ ਮੁਲਕ ਛੱਡ ਕੇ ਜਾਂਦੇ ਹੈ, ਆਪਣਾ ਸੂਬਾ ਛੱਡ ਕੇ ਜਾਂਦੇ ਹੈ ਔਰ ਉੱਥੇ ਜਿਸ ਵਿਸ਼ਵਾਸ ਦੇ ਨਾਲ ਜਾਂਦੇ ਆ, ਜਦੋਂ ਉਹ ਟੁੱਟਦਾ ਹੈ ਤਾਂ ਉਹਨਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ। ਕਈ ਜੇਲ੍ਹਾਂ 'ਚ ਰੁਲ ਰਹੇ ਹੈ, ਕਈਆਂ ਨੂੰ ਬਹੁਤ ਬੇਦਰਦੀ ਦੇ ਨਾਲ ਟੋਰਚਰ ਕੀਤਾ ਜਾਂਦਾ ਹੈ ਅਤੇ ਕਈ ਇਹੋ ਜਿਹੇ ਨੇ ਜਿਹੜੇ ਸੰਪਰਕ ਹੀ ਨਹੀਂ ਕਰ ਸਕਦੇ, ਜਿਹੜੇ ਪਲੀਜ਼ ਹੈਲਪ ਮੀ ਇੰਨਾ ਨਹੀਂ ਕਹਿ ਸਕਦੇ ਕਿਸੇ ਨੂੰ, ਜਿਹੜੇ ਉਸ ਮਜਬੂਰੀ ਦੇ ਵਿੱਚ ਆ ਜਾਂਦੇ ਹੈ ਕਿ ਉਹ ਕਾਲੀ ਹਨੇਰੀ ਰਾਤ ਦੇ ਵਿੱਚ ਕਿਸੇ ਦੀਵੇ ਦੀ ਤਲਾਸ਼ 'ਚ ਨੇ। ਅਤੇ ਮੈਨੂੰ ਲੱਗਦਾ ਕਿ ਉਸ ਕਾਲੀ ਹਨੇਰੀ ਰਾਤ ਦੇ ਵਿੱਚ ਅਗਰ ਕਿਸੇ ਨੇ ਦੀਵਾ ਨਹੀਂ ਮਸ਼ਾਲ ਜਲਾਈ ਹੈ ਕ੍ਰਾਂਤੀ ਦੀ ਔਰ ਪੰਜਾਬੀਆਂ ਦੇ ਲਈ ਸਿਰ ਕੱਢ ਕੇ ਮਦਦ ਕੀਤੀ ਹੈ ਪਾਰਟੀਆਂ ਤੋਂ ਉੱਤੇ ਉੱਠ ਕੇ ਸਿਰਫ ਪੰਜਾਬੀ ਦੇਖ ਕੇ ਅਤੇ ਉਹ ਰਾਮੂਵਾਲੀਆ ਸਾਹਿਬ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਮਤਲਬ ਮੈਂ ਇਸ ਗੱਲ ਦਾ ਕ੍ਰੈਡਿਟ ਅਤੇ ਜੇ ਕੋਈ ਇਸ ਗੱਲ ਦਾ ਗੋਲਡ ਮੈਡਲ ਵੀ ਦੇਣਾ ਹੋਵੇ ਪੰਜਾਬ 'ਚ ਵੀ ਸਭ ਤੋਂ ਵੱਧ ਕੰਮ NRI ਦੇ ਉੱਤੇ ਜਿਨ੍ਹਾਂ ਨੂੰ ਐਕਸਪਲੋਇਟ ਕੀਤਾ ਗਿਆ ਵਿਦੇਸ਼ਾਂ ਦੇ ਵਿੱਚ ਕਿਹਨੇ ਕੀਤਾ, ਅਤੇ ਉਹਦੇ 'ਚ ਮੈਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਸੂਰਜ ਪ੍ਰਮਾਣ ਨਹੀਂ ਦਿੰਦਾ ਵੀ ਉਹਦੇ 'ਚ ਪ੍ਰਕਾਸ਼ ਹੈ, ਉਹਦਾ ਤੇਜ਼ ਪ੍ਰਮਾਣ ਹੁੰਦਾ, ਸੱਚ ਕਦੇ ਲੁਕੋਇਆ ਨਹੀਂ ਜਾ ਸਕਦਾ, ਛੁਪਾਇਆ ਨਹੀਂ ਜਾ ਸਕਦਾ। ਇਸ ਕਰਕੇ ਜਦੋਂ ਉਹਨਾਂ ਨੇ ਮੈਨੂੰ ਇਹ ਕਿਹਾ ਤਾਂ ਮੈਂ ਉਹ ਪਿਛਲੇ 15-20 ਸਾਲ ਮੇਰੇ ਜ਼ਿਹਨ 'ਚ ਘੁੰਮੇ ਕਿ ਵਾਕਈ ਇੱਕ ਇਨਸਾਨ ਨੇ ਜਦੋਂ ਮਿਨਿਸਟਰ ਵੀ ਸੀ ਅਤੇ ਸਭ ਤੋਂ ਵੱਧ ਜਾਣੇ ਗਏ ਇਸ ਕੰਮ ਦੇ ਲਈ। ਸੋ ਜੇ ਮੈਂ ਇਹਨਾਂ ਦਾ ਹੱਥ ਵਟਾ ਸਕਾਂ, ਜੇ ਮੈਂ ਇਸ ਕ੍ਰੈਡੀਬਿਲਿਟੀ ਦੇ ਨਾਲ ਜੁੜ ਸਕਾਂ ਤਾਂ ਮੈਂ ਸਮਝਦਾ ਕਿ ਜੇ 100-200 ਪੰਜਾਬੀਆਂ ਦਾ ਵੀ ਅਸੀਂ ਮਤ ਕਰਤੀ ਇਸ ਐਪ ਦੇ ਰਾਹੀਂ ਤਾਂ ਵੱਡੀ ਗੱਲ ਹੈ, ਕਿਤੇ ਨਾ ਕਿਤੇ ਸ਼ੁਰੂਆਤ ਹੋਣੀ ਚਾਹੀਦੀ ਹੈ। ਇਸ ਐਪ ਲਾਂਚ ਸਮਾਗਮ ਦੌਰਾਨ ਸੰਸਥਾ ਦੀ ਮਦਦ ਨਾਲ ਸਾਊਦੀ ਅਰਬ ਤੋਂ ਭਾਰਤ ਪੁੱਜੀ ਮਹਿਲਾ ਨੇ ਹੱਡ ਬੀਤੀ ਬਿਆਨ ਕੀਤੀ ਕਿ ਕਿਸ ਤਰ੍ਹਾਂ ਉਸ ਨਾਲ ਉੱਥੇ ਤਸੀਹੇ ਕੀਤੇ ਜਾਂਦੇ ਸਨ। ਸਾਊਦੀ ਅਰਬ 'ਚ ਆਪਣੇ ਚਲੇ ਗਈ ਸੀ ਕੰਮ ਦੇ ਸਿਲਸਿਲੇ 'ਚ ਗਈ ਸੀ ਮੈਂ, ਤਾਂ ਉੱਥੇ ਬਹੁਤ ਜ਼ਿਆਦਾ ਹੱਤਿਆਚਾਰ ਹੋ ਰਹੀ ਆ, ਬਹੁਤ ਲੜਕੀਆਂ ਇੱਦਾਂ ਦੀਆਂ ਵਾ ਕਿ ਬਹੁਤ ਹੀ ਪਰੇਸ਼ਾਨ ਆ, ਜੋ ਮੈਂ ਮੈਡਮ ਨੂੰ ਆ ਕੇ ਸਾਰਾ ਦੱਸਿਆ ਵਾ। ਅਤੇ ਉੱਥੇ ਇੰਨੀ ਕੁ ਜੇਲ੍ਹ ਦੇ ਵਿੱਚ ਵੀ ਹੱਤਿਆਚਾਰ ਹੋ ਰਹੀ ਆ, ਜਿੱਥੇ ਮੈਂ ਜੇਲ੍ਹ ਦੇ ਵਿੱਚ ਰਹਿ ਕੇ ਆਈ ਹਾਂ 2 ਮਹੀਨੇ ਪੂਰਾ, ਉੱਥੇ 5,000 ਲੜਕੀ ਸੀ ਜੋ ਜੇਲ੍ਹ ਦੇ ਵਿੱਚ ਸੀ, ਬਹੁਤ ਹੀ ਪ੍ਰੋਬਲਮ 'ਚ ਸੀ ਉਹ ਬਹੁਤ ਜ਼ਿਆਦਾ। ਕਿ ਮੈਂ ਧੰਨਵਾਦ ਕਰਦੀ ਹਾਂ ਕਿ ਮੈਡਮ ਦਾ, ਕਿ ਬਹੁਤ ਬਹੁਤ ਸ਼ੁਕਰ ਕਰਦੀ ਹਾਂ ਕਿ ਇਹਨਾਂ ਨੇ ਇੱਕ ਲੇਡੀ ਦਾ ਬਹੁਤ ਸਾਥ ਦਿੰਦੇ ਨੇ ਔਰ ਬਹੁਤ ਸ਼ੁਕਰ ਗੁਜ਼ਾਰ ਕਰਦੇ ਹਾਂ। ਵੱਡੀ ਗਿਣਤੀ 'ਚ ਵਿਦੇਸ਼ ਗਏ ਪੰਜਾਬੀ ਜਦ ਉੱਥੇ ਧੱਕੇਸ਼ਾਹੀ ਦਾ ਸ਼ਿਕਾਰ ਹੁੰਦੇ ਨੇ ਤਾਂ ਉਹਨਾਂ ਨੂੰ ਮਦਦ ਲਈ ਕੋਈ ਹੱਥ ਨਜ਼ਰ ਨਹੀਂ ਆਉਂਦਾ। ਅਜਿਹੇ 'ਚ ਹੈਲਪਿੰਗ ਹੈਲਪਲੈਸ ਸੰਸਥਾ ਵੱਲੋਂ ਲਾਂਚ ਕੀਤੀ ਇਹ ਐਪਲੀਕੇਸ਼ਨ ਕਾਫ਼ੀ ਸਹਾਇਕ ਸਾਬਿਤ ਹੋ ਸਕਦੀ ਹੈ। ਬਿਊਰੋ ਰਿਪੋਰਟ, TV ਪੰਜਾਬ।